ਹੈਲੋ एवरीवन वेलकम टू स्टडी शॉर्टकट्स हियर स्टडी बिकम्स इजी ਤੁਹਾਨੂੰ ਪਤਾ ਹੈ ਜੀ 3rd ਜਿਹੜੀ ਹੈ ਪ੍ਰੋਵੀਜ਼ਨਲ ਲਿਸਟ ਯਾਨੀ ਕਿ ਸਿਲੈਕਸ਼ਨ ਲਿਸਟ ਜਿਹੜੀ ਆਊਟ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਹੁਣ ਇਹੀ ਜਿਹੜੇ ਕਮੈਂਟਸ ਔਰ ਕੁਰੀਜ਼ ਆ ਰਹੀਆਂ ਨੇ ਕਿ ਇਸ ਤੋਂ ਬਾਅਦ ਦੱਸੋ ਜੀ ਫੋਰਥ ਲਿਸਟ ਆ ਸਕਦੀ ਹੈ ਜਾਂ ਨਹੀਂ ਆ ਸਕਦੀ ਤਵਾ ਇੰਗਲਿਸ਼ ਸਬਜੈਕਟ ਦੀ ਜਿਹੜੀ ਲੈ ਕੇ ਆਇਆ ਅਨਲਿਸਿਸ ਕਿ ਫੋਰਥ ਲਿਸਟ ਦੇ ਆਉਣ ਦੇ ਚਾਂਸਸ ਹੈ ਜਾਂ ਨਹੀਂ ਕਿਸ ਬੇਸਿਸ ਤੇ ਚਾਂਸਸ ਜਿਹੜੇ ਆ ਜੇ ਅਗਰ ਬੰਦਿਆ ਤਾਂ ਕਿਸ ਬੇਸਿਸ ਤੇ ਬੰਦਿਆ ਤਾਂ ਦੇਖਦੇ ਹਾਂ ਜੀ ਡਿਟੇਲਡ ਅਨਲਿਸਿਸ ਆਪਾਂ ਇੰਗਲਿਸ਼ ਦਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਸਾਰੀਆਂ ਲੇਟੈਸਟ ਵੀਡੀਓ ਦੀ ਅ ਉਸ ਵਰਬ ਜਿਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜਿਹੜੀ ਕਿ ਇੰਗਲਿਸ਼ ਨੂੰ ਬਹੁਤ ਜ਼ਿਆਦਾ ਇੰਪਰੂਵ ਕਰ ਦਿੰਦੀ ਹੈ ਅਗਰ ਤੁਸੀਂ ਇੰਗਲਿਸ਼ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਫੇਸਬੁੱਕ ਪੇਜ ਨੂੰ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ ਤਾਂ ਸ਼ੁਰੂ ਕਰਦੇ ਹਾਂ ਜੀ ਵੀਡੀਓ ਨੂੰ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਜਿਹੜੀ ਸੈਕੰਡ ਲਿਸਟ ਆਈ ਸੀ ਇੰਗਲਿਸ਼ ਦੀ ਸੈਕੰਡ ਪ੍ਰੋਵੀਜ਼ਨਲ ਲਿਸਟ ਜਾਂ ਸਿਲੈਕਸ਼ਨ ਲਿਸਟ ਆਈ ਸੀ ਤਾਂ ਉਹਦੇ ਵਿੱਚੋਂ ਜਨਰਲ ਐਸਐਮ ਦੀਆਂ ਕੁਝ ਪੋਸਟ ਜਿਹੜੀਆਂ ਉਹ ਵਿਕੇਂਡ ਰਹਿ ਗਈਆਂ ਸੀ ਜੋ ਕਿ ਡੀ ਰਿਜ਼ਰਵ ਹਲੇ ਨਹੀਂ ਹੋਈਆਂ ਸੀ ਤਾਂ ਕਿੰਨੀਆਂ ਪੋਸਟ ਸੀਗੀਆਂ ਜਿਹੜੀਆਂ ਹਲੇ ਡੀ ਰਿਜ਼ਰਵ ਨਹੀਂ ਹੋਈਆਂ ਸੀ ਉਹ ਸੀਗੀਆਂ ਜੀ 25 ਪੋਸਟ ਐਦਾਂ ਦੀਆਂ ਸੀਗੀਆਂ ਜਿਹੜੀਆਂ ਹਲੇ ਡੀ ਰਿਜ਼ਰਵ ਨਹੀਂ ਹੋਈਆਂ ਸੀ ਜਨਰਲ ਐਸਐਮ ਦੀਆਂ ਤੇ ਉਸ ਤੋਂ ਬਾਅਦ ਜਨਰਲ ਸਪੋਰਟਸ ਦਾ ਹਲੇ ਡਾਟਾ ਉਸ ਸੈਕੰਡ ਟਾਈਮ ਹਲੇ ਆਇਆ ਹੀ ਨਹੀਂ ਸੀ ਕਿ ਜਨਰਲ ਸਪੋਰਟਸ ਦੀ ਲਿਸਟ ਨਹੀਂ ਆਈ ਸੀ ਲੇਕਿਨ ਇਸ ਕੀ 27 ਤੇ ਜਨਰਲ ਸਪੋਰਟਸ ਦੇ ਜੋ ਇਸ ਵਾਰ ਸਿਲੈਕਟ ਕੀਤੇ ਗਏ ਕੈਂਡੀਡੇਟਸ ਉਹ ਹੈਗੇ 11 ਤਾਂ 72 ਦੇ ਵਿੱਚੋਂ 11 ਕੈਂਡੀਡੇਟਸ ਜਨਰਲ ਸਪੋਰਟਸ ਦੇ ਸਿਲੈਕਟ ਕਰ ਲਏ ਗਏ ਨੇ ਤਾਂ ਇੱਥੋਂ ਅਗਰ ਆਪਾਂ ਪਤਾ ਲਗਾ ਲਈਏ ਕਿ ਪਹਿਲਾਂ ਜਿਹੜੀਆਂ 25 ਪੋਸਟਾਂ ਸੀਗੀਆਂ ਜਿਹੜੀਆਂ ਵੇਕੈਂਟ ਪਈਆਂ ਸੀ ਜਨਰਲ ਈਐਸਐਮ ਦੀਆਂ ਜਿਹੜੀਆਂ ਹਲੇ ਡੀ ਰਿਜ਼ਰਵ ਨਹੀਂ ਹੋਈਆਂ ਸੀ ਉਹਨਾਂ ਦਾ ਡਾਟਾ ਥਰਡ ਲਿਸਟ ਦੇ ਵਿੱਚ ਵੀ ਨਹੀਂ ਆਇਆ ਤੇ ਜਨਰਲ ਸਪੋਰਟਸ ਦੇ ਵਿੱਚੋਂ 27 ਦੇ ਵਿੱਚੋਂ 11 ਜਿਹੜਾ ਉਹ ਕੈਂਡੀਡੇਟ ਸਿਲੈਕਟ ਕਰ ਲਏ ਗਏ ਤਾਂ 16 ਜਿਹੜੀਆਂ ਪੋਸਟਾਂ ਇੱਥੇ ਵੀ ਵੇਕੈਂਟ ਰਹਿ ਗਈਆਂ ਨੇ ਤਾਂ ਟੋਟਲ ਵੇ ਤਾਂ ਟੋਟਲ ਜਿਹੜੀਆਂ ਇੱਥੇ ਪੋਸਟਾਂ ਰਹਿੰਦੀਆਂ ਨੇ ਵੈਕੈਂਟ ਉਹ ਬਣ ਗਿਆ ਆਪਣੀਆਂ 41 ਤੇ ਇਸ ਤੋਂ ਇਲਾਵਾ ਜਿਵੇਂ ਆਪਾਂ ਦੇਖ ਸਕਦੇ ਹਾਂ ਹੋਰ ਵੀ ਕਈ ਕੈਟਾਗਰੀਜ਼ ਦੀ ਜਿਹੜੀ ਲਿਸਟ ਇਸ ਵਾਰ ਥਰਡ ਲਿਸਟ ਦੇ ਵਿੱਚ ਦਿੱਤੀ ਗਈ ਹੈ ਚਾਹੇ ਉਹ BC ESM ਦੀ ਜਿਹੜੀ ਹੈਗੀ ਉਹ ਹੋਵੇ ਅਗੇਂਸਟ BC ESM BC ਲਿਸਟ ਦਿੱਤੀ ਹੋਵੇ ਜਾਂ ਫਿਰ ਵਿਮੁਖਤ ਜਾਤੀ ਨੂੰ ਦਿੱਤੀਆਂ ਗਈਆਂ ਹੋਣ ਤਾਂ ਇਸ ਤਰ੍ਹਾਂ ਜਿਹੜੀਆਂ ਕਈ ਕੈਂਡੀਡੇਟਸ ਕੀ ਹੁੰਦੇ ਐਬਸੈਂਸ ਰੇਜ਼ ਹੁੰਦੀਆਂ ਤਾਂ ਫਿਰ ਉੱਤੇ ਜਾਂ FF ਦੀ ਤੁਸੀਂ ਦੇਖ ਸਕਦੇ ਹੋ ਇੱਕ ਕੈਂਡੀਡੇਟ ਕੋਲ ਕੀਤਾ ਗਿਆ ਓਪਨ ਦੇ ਵਿੱਚ ਤਾਂ ਡੈਫੀਨਿਟਲੀ ਉਹ ਅਮਿਟੀ ਹੋਏਗਾ ਤੋ ਇਸ ਤਰ੍ਹਾਂ ਜਿਹੜੀਆਂ ਹੋਰ ਜਿਹੜੀਆਂ ਹੈਗੀਆਂ ਨੇ ਐਬਸੈਂਟ ਹੋਣ ਦੇ ਕਾਰਨ ਜਿਹੜੇ ਆ ਜਾਂ ਫਿਰ ਸਬਜੈਕਟ ਚੂਜ਼ ਕਰਕੇ ਜਿਹੜੇ ਪੋਸਟਾਂ ਖਾਲੀ ਹੋ ਜਾਂਦੀਆਂ ਨੇ ਤਾਂ ਉਹਨਾਂ ਪੋਸਟਾਂ ਦੇ ਵਿੱਚ ਫਿਰ ਉਹ ਵੈਕੈਂਟ ਰਹਿ ਜਾਂਦੀਆਂ ਨੇ ਫਿਰ ਉਹ ਡੀ ਰਿਜ਼ਰਵ ਹੋਣਗੀਆਂ ਤਾਂ ਉੱਥੇ ਵੀ ਖਾਲੀ ਪੋਸਟਾਂ ਤੇ ਫਿਰ ਲਿਸਟਾਂ ਨੇ ਬੰਦੀ ਹੈ ਤੇ ਕਾਰਨ ਕਈ ਹੈਗੀਆਂ ਜੀ ਹੋਰ ਵੀ ਐਬਸੈਂਟ ਹੋਣ ਦੇ ਸਬਜੈਕਟ ਚੂਜ਼ ਕਰਕੇ ਜਾਂਦੇ ਤੇ ਪਲੱਸ 41 ਪੋਸਟਾਂ ਤਾਂ ਆਪਣੇ ਜਿਹੜੀਆਂ ਸਾਫ ਸਾਫ ਇੱਥੇ ਪਈਆਂ ਹੀ ਨਹੀਂ ਗਈਆਂ ਜਿਹੜੀਆਂ ਹੋਰ ਬੰਦੀਆਂ ਨੇ ਵੈਕੈਂਟ ਹੈਗੀਆਂ ਨੇ ਤੇ ਇੱਥੇ ਲਿਸਟ ਆਏਗੀ ਤਾਂ ਪਈ ਕਹਿ ਸਕਦੇ ਹਾਂ ਕਿ 41 ਪਲੱਸ ਜਿਹੜੀਆਂ ਹੈਗੀਆਂ ਨੇ ਇ ਮਤਲਬ ਉਹਨਾਂ ਦੀ ਲਿਸਟ ਆਏਗੀ ਤਾਂ ਫੋਰਥ ਲਿਸਟ ਤਾਂ ਪੱਕਾ ਹੈਗੀ ਜਿਹੜੀ ਆਏਗੀ ਕਿਉਂਕਿ ਜਨਰਲ ਐਸਐਸਐਮ ਦੀਆਂ ਪੋਸਟਾਂ ਜਿਹੜੀਆਂ ਉਹ ਹਲੀਆਂ ਡੀ ਰਿਜ਼ਰਵ ਹੋਣੀਆਂ ਬਾਕੀਆਂ ਹੈਗੀਆਂ ਨੇ ਜਨਰਲ ਸਪੋਰਟਸ ਦੇ ਵੀ 11 ਜਿਹੜੀਆਂ ਸੀਟਸ ਫਿਲ ਹੋਈਆਂ ਨੇ ਸਿਲੈਕਸ਼ਨ ਲਈ ਬੁਲਾਇਆ ਗਿਆ ਤੇ 27 ਦੇ ਵਿੱਚੋਂ 11 ਮਾਈਨਸ ਕਰੀ ਤਾਂ 16 ਜਿਹੜੀਆਂ ਪੋਸਟਾਂ ਨੇ ਉਹ ਹਲੇ ਵੀ ਵੇਕੈਂਟ ਹੈ ਅਗਰ ਸਾਰੇ ਇੱਥੇ ਜਿਹੜੇ ਉੱਤੇ ਆਫਰ ਲੈਟਰ ਲੇ ਆਉਂਦੇ ਆ ਕੁਝ ਉਹੀ ਮੈਂ ਤੁਹਾਨੂੰ ਕਹਿ ਰਹੀਆਂ ਕਿ ਕੁਝ ਐਬਸੈਂਟ ਰਹਿ ਜਾਂਦੇ ਜਾਂ ਸਬਜੈਕਟ ਚੂਜ਼ ਕਰਕੇ ਡੈਫੀਨੇਟਲੀ ਜਿਹੜੇ ਸ਼ਫਲ ਹੋਣਗੇ ਤਾਂ ਪੋਸਟਾਂ ਹੋਰ ਵੀ ਖਾਲੀ ਹੋ ਕਟੋ-ਕਟਕ ਤਕ ਤਾਲੀ ਹੈਂ ਬਾਕੀ ਵੱਧੇ ਹੋ ਸਕਦੀਆਂ ਨਹੀਂ ਤਕ 41 ਤੋਂ ਜ਼ਿਆਦਾ ਤਾਂ ਇੱਕ ਲਿਸਟ ਤਾਂ ਪੱਕਾ ਜਿਹੜੀਆਂ ਨਾਲ ਦੀ ਹੋਰ ਆਏਗੀ ਨਾਮ ਜਿਹੜਾ ਥਰਡ ਲਿਸਟ ਦੇ ਵਿੱਚ ਆ ਚੁੱਕੇ ਜਿਨ੍ਹਾਂ ਦਾ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਲੇਕਿਨ ਅਗਰ ਕਿਸੇ ਦਾ ਨਾਮ ਨਹੀਂ ਆਇਆ ਤਾਂ ਹਲੇ ਉਹਨੂੰ ਆਸ ਛੱਡਣ ਦੀ ਲੋੜ ਨਹੀਂ ਹੈ ਕਿਉਂਕਿ ਹਲੇ 41 ਪਲੱਸ ਪੋਸਟ ਜਿਹੜੀਆਂ ਹਲੇ ਹੋਰ ਆਉਗੀਆਂ ਉਹਨਾਂ ਦੀ ਲਿਸਟ ਹਾਂਜੀ ਤਾਂ ਇਹ ਹੈਗੀਆਂ ਸੀਟਸ ਵੈਕੈਂਟ ਹੈ ਹੁਣ ਇਹਦੇ ਵਿੱਚ ਇੱਕ ਕੋ ਕੁਐਸ਼ਚਨ ਰਹਿੰਦਾ ਹੈਗਾ ਕਿ ਜਿਨ੍ਹਾਂ ਦੀ ਸਕਰੂਟੀਨੀ ਹੋ ਚੁੱਕੀ ਹੈ ਬਟ ਉਹਨਾਂ ਦਾ 3rd ਸਿਲੈਕਸ਼ਨ ਲਿਸਟ ਦੇ ਵਿੱਚ ਅਗਰ ਨਾਮ ਨਹੀਂ ਆਇਆ ਤਾਂ ਉਹ ਕਹਿੰਦੇ ਕਿ 4th ਲਿਸਟ ਦੇ ਵਿੱਚ ਉਹਨਾਂ ਦਾ ਨੇਮ ਆਏਗਾ ਜਾਂ ਨਹੀਂ ਆਏਗਾ ਤਾਂ ਜਿਨ੍ਹਾਂ ਦੀ ਸਕਰੂਟੀਨੀ ਹੋ ਚੁੱਕੀ ਹੈ ਤਾਂ ਉਹਨਾਂ ਦਾ ਚਾਂਸਸ ਹੈ ਕਿ ਮੇਬੀ ਉਹਨਾਂ ਦਾ ਨਾਮ ਜਿਹੜਾ ਹੈਗਾ ਉਹ 4th ਲਿਸਟ ਦੇ ਵਿੱਚ ਆ ਸਕਦਾ ਹੈ ਕਿਉਂਕਿ ਬਹੁਤ ਸਾਰੀ ਸੀਟਸ ਅਲੇ ਜਿਹੜੀ ਡੀ ਰਿਜ਼ਰਵ ਹੋਣੀਆਂ ਬਾਕੀ ਨੇ ਤਾਂ ਜਿਨ੍ਹਾਂ ਦੀ ਸਕਰੂਟੀਨੀ ਹੋ ਚੁੱਕੀ ਹੈ ਉਹਨਾਂ ਦਾ ਨਾਮ ਆ ਸਕਦਾ 4th ਲਿਸਟ ਦੇ ਵਿੱਚ ਕੁਝ ਨਿਊ ਕੈਂਡੀਡੇਟਸ ਨੂੰ ਵੀ 4th ਲਿਸਟ ਦੇ ਵਿੱਚ ਸਕਰ ਤਾਂ ਇਹ ਹੁਣ ਕਿੰਨਾ ਨੂੰ ਬੁਲਾਉਂਦੇ ਔਰ ਕਿੰਨਾ ਨੂੰ ਸਿਲੈਕਟ ਕਰਦੇ ਆ ਇਹ ਤਾਂ ਲਿਸਟ ਆਉਂਦੀ ਪਤਾ ਚੱਲੇਗਾ ਬਾਕੀ 41 ਸੀਟਸ 41 ਪਲੱਸ ਸੀਟਸ ਜਿਹੜੀਆਂ ਨੇ ਉਹ ਹਲੇ ਵੇਕੈਂਟ ਹੈਗੀਆਂ ਨੇ ਤੇ ਜਿਨ੍ਹਾਂ ਦੀ ਵੀ ਸਕਰੂਟੀ ਹੋ ਚੁੱਕੀ ਹੈ ਜਾਂ ਉਹ ਕੱਟਆਫ ਦੇ ਬਿਲਕੁਲ ਨੇੜੇ ਹੈਗੀਆਂ ਉਹਨਾਂ ਦੇ ਮਾਰਕਸ ਉਹ ਬਿਲਕੁਲ ਵੀ ਆਪਣੀ ਹੋਪ ਜਿਹੜੀ ਉਹ ਹਲੇ ਨਾ ਛੱਡਣ ਕਿਉਂਕਿ ਸੀਟਸ ਜਿਹੜੀਆਂ ਖਾਲੀ ਪਈਆਂ ਨੇ ਔਰ ਲਿਸਟ ਇੱਕ ਹੋਰ ਆਣੀ ਪੂਰੀ ਪੱਕੀ ਜਿਹੜੀ ਇੱਥੇ ਉਮੀਦ ਹੈ ਕਿ ਅ ਵੀ ਲਿਸਟ ਪੱਕਾ ਹੋਰ ਆਏਗੀ ਤੇ ਇਸ ਕੀ ਜੀ ਇਨਫੋਰਮੇਸ਼ਨ ਆਈ ਹੋਪ ਤੁਹਾਡੇ ਲਈ ਯੂਸਫੁਲ ਰਹੀ ਹੋਏਗੀ ਪਲੀਜ਼ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਕੁਝ ਐਸੇ ਈਵਰਜ਼ ਹੈਗੇ ਆ ਜੋ ਵੀਡੀਓਜ਼ ਨੂੰ ਦੇਖਦੇ ਆ ਬਟ ਸਬਸਕ੍ਰਾਈਬ ਨਹੀਂ ਕਰਦੇ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਲੇਟੈਸਟ ਵੀਡੀਓ ਦੀ ਅਪਡੇਟ ਸਭ ਤੋਂ ਪਹਿਲਾਂ ਤੇ ਟਾਈਮ ਸੇਵ ਮਿਲੇਗੀ ਫੇਸਬੁੱਕ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ ਥੈਂਕ ਯੂ